ਹੈਲੋ ਦੋਸਤੋ, ਮੈਂ ਲਵਪ੍ਰੀਤ। ਤੁਸੀਂ ਦੇਖ ਸਕਦੇ ਜੋ ਇਹ ਹੈ ਇੱਕ ਰੋਜ਼। ਇਸ ਨੂੰ ਹੋਰ ਵੀ ਕਈ ਨਾਵਾਂ ਨਾਲ ਜਾਣਿਆ ਜਾਂਦਾ, ਜਿਵੇਂ ਕਿ ਕੁਝ ਲੋਕ ਇਸ ਨੂੰ ਨੀਲਾ ਕਹਿ ਦਿੰਦੇ ਜਾਂ ਕਈ ਲੋਕ ਇਸ ਨੂੰ ਨੀਲ ਗਾਂ ਵੀ ਕਹਿ ਦਿੰਦੇ ਆ। ਇਹਦੀ ਇੱਕ ਲੱਤ ਖਰਾਬ ਆ ਅਤੇ ਇਸ ਦੀ ਇੱਕ ਅੱਖ ਵੀ ਕਾਫੀ ਜ਼ਖਮੀ ਆ। ਇਸ 'ਤੇ ਕਿਸੇ ਮਨੁੱਖ ਨੇ ਜ਼ਬਰਦਸਤ ਹਮਲਾ ਕੀਤਾ ਸੀ ਕਿਸੇ ਹਥਿਆਰ ਨਾਲ, ਇਸ ਕਰਕੇ ਇਹ ਵਿਚਾਰੇ ਦੀ ਲੱਤ 'ਤੇ ਥੋੜ੍ਹਾ ਨਿਸ਼ਾਨ ਪਿਆ ਹੋਇਆ। ਪਿਛਲੇ 3 ਕੁ ਸਾਲਾਂ ਤੋਂ ਮੈਂ ਇਸ ਨੂੰ ਵੇਖ ਰਿਹਾ ਕਿ ਇਹ ਇੱਥੇ ਹੀ ਹੁੰਦਾ, ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲੇ ਆਸ ਪਾਸ ਘੁੰਮਦਾ ਰਹਿੰਦਾ। ਜਦ ਕਣਕ ਦੀ ਰੁੱਤ ਆਉਂਦੀ ਹੈ, ਕਣਕ ਬੀਜਣ ਦੀ, ਤਾਂ ਇਹ ਉਦੋਂ ਬਹੁਤ ਜ਼ਿਆਦਾ ਦਿਖਾਈ ਦਿੰਦਾ। ਅਸਲ ਦੇ ਵਿੱਚ ਇਹ ਕੁਝ ਸਾਲ ਪਹਿਲਾਂ ਆਪਦੇ ਝੁੰਡ ਤੋਂ ਵਿਛੜ ਗਿਆ ਸੀਗਾ ਅਤੇ ਬਾਅਦ ਵਿੱਚ ਇਸ ਨੂੰ ਲੋਕਾਂ ਨੇ ਅਪਣਾ ਲਿਆ। ਇਸ ਨੂੰ ਲੰਗਰ ਹਾਲ ਦੇ ਵਿੱਚੋਂ ਰੋਟੀ ਪਾ ਕੇ ਜਾਂ ਖਾਣ ਪੀਣ ਦੀਆਂ ਵਸਤੂਆਂ ਪਾ ਕੇ ਲੋਕ ਇਸ ਨੂੰ ਬਹੁਤ ਪਿਆਰ ਕਰਦੇ ਆ ਅਤੇ ਇਹ ਹੁਣ ਡਰ ਕੇ ਨਹੀਂ ਭੱਜਦਾ। ਨਹੀਂ ਤਾਂ ਆਮ ਤੌਰ 'ਤੇ ਰੋਜ਼ ਦਾ ਸੁਭਾਅ ਹੁੰਦਾ ਕਿ ਲੋਕਾਂ ਨੂੰ ਵੇਖ ਕੇ ਡਰ ਕੇ ਭੱਜ ਜਾਣਾ। ਆਮ ਤੌਰ 'ਤੇ ਇਹ ਜਾਨਵਰ ਆ ਜਿਹੜਾ ਝੁੰਡਾਂ ਦੇ ਵਿੱਚ ਵੇਖ ਜਾਂਦਾ, ਵੱਡੇ ਵੱਡੇ ਝੁੰਡਾਂ ਦੇ ਵਿੱਚ, ਪਰ ਇਹ ਵਿਚਾਰਾ ਇਕੱਲਾ ਹੈ ਇਸ ਵਕਤ। ਸੋ ਇਸ ਲਈ ਹੁਣ ਇਹ ਗੁਰਦੁਆਰਾ ਸਾਹਿਬ ਦੇ ਆਸ ਪਾਸ ਹੀ ਘੁੰਮਦਾ ਰਹਿੰਦਾ। ਤੁਸੀਂ ਦੇਖ ਸਕਦੇ ਜੋ ਕਿੱਡਾ ਵਧੀਆ ਜਾਨਵਰ ਹੈ। ਦੋਸਤੋ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਮਨ ਰੁਕਦਾ ਨਹੀਂ ਤੇ ਦੇਖਾ ਦਸਾਰੀ ਸੁਣਾਉਂਦਾ ਹੈ, ਗਾਉਂਦਾ ਹੈ, ਮਨ ਕਦੇ ਹੋਰ ਫਿਰਦਾ ਹੈ। ਉਹ ਮਨ ਅੰਦਰੋਂ ਜਿਹੜੇ ਬੋਲਦਾ ਗੁਰਬਾਣੀ ਦੇ ਨੇ, ਪਰ ਉਹ ਭਿੱਜ ਕੇ ਅੰਦਰੋਂ ਚਿੰਤਾ ਨਾਲ ਨਿਕਲ ਰਹੇ ਨੇ। ਉਹ ਚਿੰਤਾਦਾਇਕ ਜਿਹੜੇ ਬਚਨ ਨਾ ਬਾਹਰ ਆ ਕੇ ਉਹ ਦੂਜੇ ਨੂੰ ਵੀ ਟਿਕਣ ਨਹੀਂ ਦਿੰਦੇ। ਮਹਾਰਾਜ ਸਾਹਿਬ ਕਹਿੰਦੇ ਅੰਦਰੋਂ ਭਿੱਜ ਕੇ ਜਦੋਂ ਕੀਰਤਨ ਕਰੋਗੇ, ਭਗਤੀ ਕਰੋਗੇ, ਬਾਣੀ ਪੜ੍ਹੋਗੇ, ਕਥਾ ਕਰੋਗੇ, ਕਥਾ ਸੁਣੋਗੇ, ਮਹਾਰਾਜ ਕਹਿੰਦੇ ਉਹ ਬੋਲ ਤੁਹਾਨੂੰ ਵੀ ਖੁਸ਼ੀ ਦੇਣਗੇ, ਅੰਦਰ ਦਾ ਸਕੂਨ ਮਿਲੇਗਾ, ਫਿਰ ਸੁਣਨ ਵਾਲਿਆਂ ਦਾ ਵੀ ਅੰਦਰ ਦਾ ਜਿਹੜਾ ਸਕੂਨ ਆਨੰਦ ਖੇੜਾ ਵਧੇਗਾ। ਜਥਾ ਮਾਤ ਪੁੱਤਰਨ ਤੇ ਛਾਜੈ ਅਰਜਨ ਦੇ।